पांडे जी ये भागने की कोशिश कर रहा है, इसका मेरी बात तो सुन ले। और मेरी मेरी A few moments later. क्या नाम है आपका? किशोरी। किशोरी, नाम किशोरी, काम सनी देओल वाले, माथे तो सनी देओल वाला पटका अपना परना बना हुआ है। ओ बांध लिया मैं सब दुखदा सी ना ता करके। ओदा जो मर्जी आ। हां स्टाइल बहुत बढ़िया तेरा। स्टाइल यानी कि इतना जबरदस्त है ना। सनी देओल फेल कीता है पया है। सीट बेल्ट रख लो। सीट बेल्ट ਨਹੀਂ ਨਹੀਂ ਭਰਾਵਾ ਰਾਹ ਚ ਅੱਗੇ ਨਾਕਾ ਜਿਹਾ ਲੱਗਾ ਪੰਗਾ ਪੈ ਜਾਣਾ ਮੇਰੇ ਗੱਲ ਚਲਾਨ ਮੇਰਾ ਹੋ ਜਾਣਾ ਉਧਰ ਸਾਈਡ ਤੇ ਲੱਗੀ ਆ ਹੋਰ ਠੀਕ ਠਾਕ ਕੀ ਕੰਮ ਕਰਦੇ ਕਰਦਾ ਤਾਂ ਵੈਸੇ ਦਿਹਾੜੀ ਵੀ ਕਰਦੇ ਫੈਕਟਰੀ ਦੇ ਕਿਤੇ ਮੱਠੀ ਪੁੱਠੀ ਮਿਲ ਗਈ ਚਲਾ ਲੈਂਦੇ ਚਾਪ ਚੁਪ ਜਿਹਾ ਹੋ ਗਏ ਤਾਂ ਉਹ ਫਟ ਲੈਂਦੇ ਹੋਰ ਠੀਕ ਠਾਕ ਵਧੀਆ ਉਹਦਾ ਕਿੱਥੋਂ ਬਿਹਾਰ ਤੋਂ ਯੂਪੀ ਤੋਂ ਯੂਪੀ ਤੋਂ ਗੱਲ ਤਾਂ ਕੀ ਸੀਗਾ ਸਾਡਾ ਭਰਾਵਾ ਇੱਕ ਕੁੱਤਾ ਸੀ ਕੁੱਤੀ ਸੀ ਕੁੱਤਾ ਕੁੱਤੀ ਰੱਖੇ ਸੀਗੇ ਕੁੱਤਾ ਭੱਜ ਗਿਆ ਹਫ਼ਤੇ ਤੋਂ ਕੁੱਤੀ ਹੋਈ ਪਈ ਬਿਮਾਰ ਫਿਰ ਨਾ ਅਸੀਂ ਨਾ ਇੱਕ ਪੰਡਿਤ ਨੂੰ ਪੁੱਛਿਆ ਪੰਡਿਤ ਕਹਿੰਦਾ ਬਈ ਜਿਹੜਾ ਨਾ ਇਹ ਅਸੀਂ ਕੁੱਤੇ ਨੂੰ ਅਸੀਂ ਵਾਪਸ ਲੈ ਕੇ ਆਉਣਾ ਕੁੱਤਾ ਕਿਤੇ ਭੱਜ ਗਿਆ ਅਤੇ ਕੁੱਤੇ ਨੂੰ ਨਾ ਜਿਹੜਾ ਵਾਪਸ ਲੈ ਕੇ ਆਉਣਾ ਉਹ ਕਿੱਦਾਂ ਆਊਗਾ ਵਾਪਸ ਪੰਡਿਤ ਕਹਿੰਦਾ ਤੁਹਾਨੂੰ ਨਾ ਇੱਕ ਉਪਾਅ ਕਰਨਾ ਪੈਣਾ ਵੈਸੇ ਉਪਾਅ ਤਾਂ ਹੋ ਵੀ ਜਾਂਦੇ ਆ ਗੱਲ ਬਣ ਵੀ ਜਾਂਦੀ ਆ ਪੰਡਤਾਂ ਦੀ ਜਿਹੜੀ ਗੱਲ ਨਾ ਮੂੰਹ ਚੋਂ ਜਿਹੜੀ ਪੰਡਤਾਂ ਦੀ ਗੱਲ ਨਿਕਲੀ ਹੁੰਦੀ ਆ ਉਹ ਸੱਚ ਹੋ ਜਾਂਦੀ ਆ ਉਹਨਾਂ ਨੇ ਨਾ ਫਿਰ ਕੁੱਤੀ ਨੂੰ ਦੇਖਿਆ ਪਹਿਲਾਂ ਅਸੀਂ ਕੁੱਤੀ ਕਹਿੰਦੇ ਕੁੱਤੀ ਨੂੰ ਦਿਖਾਓ ਦਿਖਾਇਆ ਕਹਿੰਦੇ ਇਹਦਾ ਨਾ ਤੁਹਾਨੂੰ ਇੱਦਾਂ ਕਰਨਾ ਪੈਣਾ ਇਹਦਾ ਤੁਹਾਨੂੰ ਨਾ ਪਹਿਲਾਂ ਸ਼ਾਦੀ ਕਰਨਾ ਪੈਣਾ ਮੈਂ ਕਿਹਾ ਇਹਦੀ ਸ਼ਾਦੀ ਤਾਂ ਹੋਈ ਪਈ ਆ ਕੁੱਤੇ ਨਾਲ ਜਿਹੜਾ ਰਹਿੰਦਾ ਸੀ ਇਹਦੇ ਨਾਲ ਚਾਰ ਪੰਜ ਸਾਲ ਤੋਂ ਨਹੀਂ ਕਹਿੰਦੇ ਇਹਦੀ ਸ਼ਾਦੀ ਕਰਨੀ ਪੈਣੀ ਹੈ ਪਹਿਲਾਂ ਇੱਕ ਬੰਦੇ ਨਾਲ ਮੈਂ ਕਿਹਾ ਚਲੋ ਠੀਕ ਆ ਕਹਿੰਦੇ ਸ਼ਾਦੀ ਕਰਾ ਕੇ ਇੱਕ ਉਪਾਅ ਕਰਨਾ ਆ ਬਸ ਉਪਾਅ ਕਰਕੇ ਤਾਂ ਫਿਰ ਨਾ ਉਹ ਕੁੱਤਾ ਦੋ ਦਿਨਾਂ ਬਾਅਦ ਵਾਪਸ ਆ ਜਾਣਾ ਮੈਂ ਕਿਹਾ ਇੱਦਾਂ ਕਿੱਦਾਂ ਹੋ ਜਾਊ ਕਿਸੇ ਨੇ ਮੰਨਣਾ ਨਹੀਂ ਸ਼ਾਦੀ ਕਰਨ ਲਈ ਕਿਹੜਾ ਮੰਨੂਗਾ ਸ਼ਾਦੀ ਕਰਨ ਲਈ ਕਹਿੰਦੇ ਚੱਲ ਤੁਹਾਨੂੰ ਮੈਂ ਇੱਕ ਦੱਸ ਦਿੰਦਾ ਉਹਨਾਂ ਨੇ ਨਾ ਇੱਕ ਪਹਿਲਾਂ ਦਿੱਤਾ ਮੈਨੂੰ ਇੱਕ ਨਿੰਬੂ ਕਹਿੰਦੇ ਨਿੰਬੂ ਨਾ ਕੁੱਤੀ ਨੂੰ ਪਿਲਾ ਦਿਓ ਪਿਲਾ ਤਾ ਫਿਰ ਕਹਿੰਦੇ ਇਹਦੇ ਪਰ ਸੰਧੂਰ ਇੱਦਾਂ ਲਿਖ ਦਿਓ ਐ ਲੈਨ ਮਾਰਤੀ ਜਿੱਦਾਂ ਸ਼ੇਰ ਦੇ ਉੱਪਰ ਲਾਈਨਾਂ ਨਹੀਂ ਬਣੀਆਂ ਹੁੰਦੀਆਂ ਉੱਦਾਂ ਲਾਈਨਾਂ ਬਣਾ ਦਿਓ ਕਾਲੇ ਰੰਗ ਦੀਆਂ ਉਹ ਬਣਾ ਤੀਆਂ ਟਿੱਕਾ ਲਾ ਦਿਓ ਟਿੱਕਾ ਲਾ ਤਾ ਉਹ ਲਾਉਣ ਤੋਂ ਬਾਅਦ ਕਹਿੰਦੇ ਤੁਹਾਨੂੰ ਨਾ ਚਾਰ ਦਿਨਾਂ ਦੇ ਵਿੱਚ ਕੁੱਤਾ ਦਿਸੂਗਾ ਮੈਂ ਕਿਹਾ ਚਲੋ ਠੀਕ ਆ ਬਾਕੀ ਗੱਲ ਹੋਈ ਕੁੱਤਾ ਦਿਸਿਆ ਅੱਛਾ ਪਰ ਸਾਡੇ ਕੋਲ ਫੜ ਨਹੀਂ ਹੋਇਆ ਭੱਜ ਗਿਆ ਹੈਗਾ ਇੱਥੇ ਆਲੇ ਦੁਆਲੇ ਏਰੀਏ 'ਚ ਹੀ ਸੀਗਾ ਭੱਜ ਗਿਆ ਕਹਿੰਦਾ ਜੀ ਇਹ ਤੁਹਾਡੇ ਕੋਲ ਕੁੱਤਾ ਫੜ ਨਹੀਂ ਹੋਣਾ
ਤੇ ਤੁਹਾਨੂੰ ਉਹਦੀ ਵਿਆਹ ਕਰਾਉਣਾ ਹੀ ਪੈਣਾ ਆ। ਮੈਂ ਕਿਹਾ ਉਹ ਕਿੱਦਾਂ ਕੋਈ ਹੋ ਜੂਗਾ? ਕਹਿੰਦਾ ਤੁਹਾਨੂੰ ਮੈਂ ਦਿੰਦਾ ਇੱਕ ਚੀਜ਼, ਤੁਸੀਂ ਨਾ ਆ ਦੇਖੋ। ਫਿਰ ਨਾ ਉਹਨੇ ਪੰਡਿਤ ਨੇ ਮੈਨੂੰ ਦਿੱਤਾ ਸਿਹਰਾ, ਮੱਥੇ ਤੇ ਲਾਉਣ ਵਾਲਾ ਸਿਹਰਾ। ਤੇ ਮੈਂ ਕਿਹਾ ਜੀ ਚਲੋ ਇਹਦਾ ਮੈਂ ਕਿਹਾ ਹੁਣ ਕੀ ਕਰਾਂਗੇ? ਕਹਿੰਦੇ ਤੁਸੀਂ ਕਿਸੇ ਕੋਲ ਨਹੀਂ ਜਾਣਾ, ਕੁੱਤੀ ਨੂੰ ਉੱਥੇ ਤੁਸੀਂ ਬੰਨ ਦਿਓ ਦਰਖਤ ਦੇ ਨਾਲ, ਅਤੇ ਬੰਦਾ ਲਿਆਓ ਉਹਦੇ ਮੱਥੇ ਦੇ ਨਾਲ ਇਹਦਾ ਬੰਨ ਕੇ, ਦੋ ਮਿੰਟ ਬਿਠਾਓ, ਮੈਂ ਨਾ ਅਪਾਏ ਕਰੂੰਗਾ ਨਿੰਬੂ ਵਾਲਾ, ਇੱਦਾਂ ਕੁੱਤਾ ਤੁਹਾਡੇ ਆਟੋਮੈਟਿਕ ਘਰ ਆ ਜੂਗਾ। ਮੈਂ ਕਿਹਾ ਚਲੋ ਠੀਕ ਆ, ਫਿਰ ਤੁਸੀਂ ਪੰਜ ਮਿੰਟ ਬੈਠੋਗੇ ਨਾਲ, ਤੁਹਾਡੀ ਵਿਆਹ ਸ਼ਾਦੀ ਕਰਨੀ ਸੀ ਉਹਦੇ ਨਾਲ। ਨਹੀਂ ਨਹੀਂ ਦੱਸਾਂ ਕੀ ਆ, ਆਹ ਦੇਖੋ ਇੱਦਾਂ ਨਾ, ਇੱਦਾਂ ਤੁਹਾਨੂੰ ਇੱਦਾਂ ਆਪਾਂ ਇੱਦਾਂ ਬੰਨ ਦੇਣਾ, ਇੱਦਾਂ ਬੰਨ ਕੇ ਫਿਰ ਤੁਹਾਨੂੰ ਬਿਠਾਉਣਾ ਵਾ ਕੁੱਤੀ ਦੇ ਨਾਲ। ਉਹ ਕੁੱਤੀ ਦਾ ਨਾਮ ਹੈਗਾ ਆ ਸ਼ੀਮਾ, ਇੱਕ ਹਰਮਨ ਚੀਮਾ ਆ, ਹਰਮਨ ਚੀਮਾ ਮੂਛਾ ਵਾਲਾ, ਉਹਦਾ ਨਾਮ ਹੈਗਾ ਸ਼ੀਮਾ। ਪੰਜ ਮਿੰਟ ਲਈ ਬੈਠਣਾ ਉਹਦੇ ਨਾਲ, ਇੱਕ ਨਿੰਬੂ ਬਸ ਪਿਲਾਉਣਾ ਆ ਉਹਨੂੰ, ਪੰਡਤ ਨੂੰ ਉੱਥੇ ਬੈਠੇ ਆ, ਤੁਹਾਨੂੰ ਉੱਥੇ ਲੈ ਕੇ ਜਾਣਾ ਸੀਗਾ, ਮੈਂ ਫੋਨ ਕਰ ਦਵਾਂ। ਹੈਲੋ, ਹਾਂਜੀ ਪੰਡਤ ਜੀ, ਹਾਂਜੀ ਪੰਡਤ ਜੀ, ਇੱਕ ਆਦਮੀ ਤੋਂ ਹਮਨੇ ਉਠਾ ਲਿਆ ਹੈ, ਇੱਕ ਆਦਮੀ ਤੋਂ ਹਮਨੇ ਉਠਾ ਲਿਆ ਹੈ, ਕੁੱਤੀ ਉੱਥੇ ਹੀ ਆ ਨਾ, ਕੁੱਤੀ ਉੱਥੇ ਹੀ ਆ। ਓ ਨਾ ਭਰਾਵਾ, ਹਾਂਜੀ ਹਾਂਜੀ, ਬੰਦੇ ਨੂੰ ਮਿਲਣਾ। ਪੰਡਿਤ ਜੀ ਇਹ ਭਾਗਨੇ ਕੀ ਕੋਸ਼ਿਸ਼ ਕਰ ਰਹਾ ਹੈ, ਇਸਕਾ ਸ਼ੀਸ਼ਾ ਖੁੱਲਤਾ ਹੈ ਬਸ, ਇਹਦਾ ਸ਼ੀਸ਼ਾ ਖੁੱਲਦਾ, ਗੱਡੀ ਤੱਕ ਹੀ ਨਹੀਂ ਖੁੱਲਦੀ, ਇਹਦਾ ਸ਼ੀਸ਼ਾ ਖੁੱਲਦਾ। ਪੰਡਿਤ ਜੀ ਇਹ ਨਾ ਭਾਗਨੇ ਕੀ ਕੋਸ਼ਿਸ਼ ਕਰ ਰਹਾ ਹੈ। ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ। ਨਾਮ ਨਾਮ ਕਿਆ ਥਾ ਆਪਕਾ? ਕੁਛ ਨੀ ਕਰਨਾ ਤੁਹਾਨੂੰ ਜੀ, ਹਮ ਕਭੀ ਦੇਖੋ ਇੱਦਾਂ ਨਾ ਕਰੀ, ਮੇਰੀ ਗੱਲ ਸੁਣੋ, ਕੁਛ ਨੀ ਕਰਨਾ ਨਾ ਬਾਜੀ, ਕਭੀ ਕਰਨੀ ਕਰਨੇ ਨਹੀਂ, ਨਹੀਂ ਦੋ ਮਿੰਟ ਬੈਠਣਾ ਹੀ ਆ ਬਸ। ਨਾ ਭਰਾ ਜੀ, ਸਾਡਾ ਕੁੱਤਾ ਵਾਪਸ ਆ ਜਾਊਗਾ। ਨਾ ਨਾ, ਟੋਮੀ, ਟੋਮੀ ਉਹਦਾ ਨਾਮ ਹੈ, ਟੋਮੀ, ਟੋਮੀ ਸਾਡਾ ਵਾਪਸ ਆ ਜਾਊਗਾ। ਇੱਕ ਮਿੰਟ ਮੈਂ ਉਹਨੂੰ ਦੁਬਾਰਾ ਪੰਡਿਤ ਨੂੰ ਫੋਨ ਕਰ ਦੇਵਾਂ। ਹਾਂਜੀ ਪੰਡਿਤ ਜੀ, ਇੱਕ ਮਿੰਟ ਗਾੜੀ ਬੰਦ ਕਰੂੰ। ਪੰਡਿਤ ਜੀ ਗਾੜੀ ਕਰ ਦੀ ਬੰਦ, ਹਮਨੇ ਨਹਿਰ ਪਰ ਖੜੇ ਹੈ, ਜੇ ਬੋਲ ਰਹਾ ਹੈ ਨਹੀਂ ਹਮਨੇ ਨਹੀਂ ਕਰਨਾ। ਹਾਂਜੀ ਹਮਨੇ ਇਸ ਕੋ ਉਠਾ ਲਿਆ ਹੈ, ਉਠਾ ਲਿਆ ਹੈ ਹਮਨੇ ਇਸ ਕੋ, ਜੇ ਭਾਗਨੇ ਕੀ ਕੋਸ਼ਿਸ਼ ਕਰ ਰਹਾ ਹੈ। ਮੇਰੀ ਬਾਤ ਤੋ ਸੁਣ ਲੇ, ਉਹ ਮੇਰੀ ਮੇਰੀ ਅੱਛਾ ਮੇਰੀ ਗੱਲ ਤਾਂ ਸੁਣ ਲਾ, ਮੇਰੀ ਗੱਲ ਸੁਣ, ਉਹ ਮੈਂ ਮਜ਼ਾਕ ਕਰਦਾ ਸੀ ਓਏ ਗੱਡੀ ਚ ਨਾ ਬੈਠਾ ਕਰੋ, ਕਚੋਰੀ ਗਲਤ ਗੱਡੀ ਚ ਬੈਠਣਾ, ਉਹ ਕਚੋਰੀ ਗਲਤ ਸੋਲਾ।